ਜੜੀ ਬੂਟੀਆਂ ਜਾਂ ਕੋਈ ਦਵਾਈਆਂ ਨਹੀਂ ਨੇ ਬਲਕਿ ਇਹ ਕੁਦਰਤੀ ਚੀਜ਼ਾਂ ਨੇ ਕੁਦਰਤੀ ਮੇਵੇ ਨੇ ਜਿਹੜੇ ਅੱਲਾਹ ਤਾਲਾ ਨੇ ਪੈਦਾ ਕੀਤੇ ਹੋਏ ਨੇ ਤੇ ਇਨਸ਼ਾਅੱਲਾ ਇਨਸ਼ਾਅੱਲਾ ਮੇਰੇ ਦੱਸੇ ਹੋਏ ਤਰੀਕੇ ਦੇ ਮੁਤਾਬਕ ਤੁਸੀਂ ਇਹ ਇਸਤੇਮਾਲ ਕਰੋ ਤੇ ਅੱਲਾਹ ਦੇ ਹੁਕਮ ਨਾਲ ਮੈਂ ਕਹਿੰਨਾ ਵੀ ਕਮਾਲ ਹੋ ਜਾਵੇਗੀ ਤੇ ਬੰਬ ਬੋਲ ਜਾਏਗੀ ਇਹਨਾਂ ਨੂੰ ਤੁਸੀਂ ਇਸਤੇਮਾਲ ਕਿਵੇਂ ਕਰਨਾ ਹੈ ਤੇ ਇਹਦਾ ਫਾਇਦਾ ਕੀ ਕੀ ਹੈ ਇਹ ਜਨਾਬ ਜਦੋਂ ਤੁਸੀਂ ਇਸਤੇਮਾਲ ਕਰੋਗੇ ਤੇ ਮੁਸਲਸਲ ਇਹਨੂੰ ਮੇਰੇ ਦੱਸੇ ਤਰੀਕੇ ਦੇ ਮੁਤਾਬਕ ਇਸਤੇਮਾਲ ਕਰੋਗੇ ਤੇ ਤੁਹਾਡੀ ਜਿਹੜੀ ਮਰਦਾਨਾ ਕਮਜ਼ੋਰੀ ਹੈ ਨਾ ਉਹ ਅੱਲਾ ਦੇ ਹੁਕਮ ਨਾਲ ਬਿਲਕੁਲ ਦੂਰ ਹੋ ਜਾਵੇਗੀ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਸਾਡੇ ਪੱਠੇ ਦਰਦ ਕਰਦੇ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਦਿਮਾਗੀ ਕਮਜ਼ੋਰੀ ਹੈ ਸਾਨੂੰ ਚੱਕਰ ਆਉਂਦੇ ਨੇ ਸਾਨੂੰ ਇੱਕ ਦੇ ਦੋ ਦੋ ਨਜ਼ਰ ਆਉਂਦੇ ਨੇ ਜਾਂ ਇਸ ਤੋਂ ਇਲਾਵਾ ਔਰ ਅਸਾਬੀ ਕਮਜ਼ੋਰੀ ਹੈ ਉਹਨਾਂ ਨੂੰ ਯਾਨੀ ਕਿ ਜ਼ੈਰੇ ਗੱਲ ਆਜ ਕਲ ਜ਼ہنی ਪਰੇਸ਼ਾਨੀ ਦੀ ਵਜ੍ਹਾ ਤੋਂ ਬੰਦਿਆਂ ਨੂੰ ਬੰਦਿਆਂ ਦਾ ਸਤਿਆਨਾਸ਼ ਹੋਇਆ ਪਿਆ ਜ਼ہنی ਪਰੇਸ਼ਾਨੀ ਦੀ ਵਜ੍ਹਾ ਤੋਂ ਤੇ ਅਸਾਬੀ ਕਮਜ਼ੋਰੀ ਦੀ ਵਜ੍ਹਾ ਤੋਂ ਇਹ ਕਾਫੀ ਸਾਰੀਆਂ ਮਰਜ਼ਾਂ ਪੈਦਾ ਹੋ ਰਹੀਆਂ ਨੇ ਔਰ ਜਿਨ੍ਹਾਂ ਦੇ ਵਿੱਚ ਮਰਦਾਨਾ ਕਮਜ਼ੋਰੀ ਜਿਹੜੀ ਹੈ ਉਹ ਸਾਰਿਆਂ ਤੋਂ ਨੰਬਰ 1 ਤੇ ਹੈ ਤੇ ਇਹ ਨੁਸਖਾ ਤੁਸੀਂ ਇਸਤੇਮਾਲ ਕਰੋਗੇ ਤੇ ਤੁਹਾਡੀ ਜਿਹੜੀ ਮਰਦਾਨਾ ਕਮਜ਼ੋਰੀ ਹੈ ਉਹ ਦੂਰ ਹੋ ਜਾਵੇਗੀ ਕਿਉਂਕਿ ਜਦੋਂ ਤੁਹਾਡੀ ਦਿਮਾਗੀ ਕਮਜ਼ੋਰੀ ਤੇ ਅਸਾਬਿਕ ਕਮਜ਼ੋਰੀ ਦੂਰ ਹੋਵੇਗੀ ਤੇ ਅੱਲਾ ਦੇ ਹੁਕਮ ਨਾਲ ਫਿਰ ਤੁਹਾਡੀ ਮਰਦਾਨਾ ਕਮਜ਼ੋਰੀ ਵੀ ਦੂਰ ਹੋ ਜਾਏਗੀ ਔਰ ਤੁਸੀਂ ਜਨਾਬ ਐ ਟੱਲੇ ਤਰ੍ਹਾਂ ਟੈਟ ਹੋ ਜਾਓਗੇ ਲੌਜੀ ਕਰਨਾ ਕੀ ਹੈ ਤੁਸੀਂ ਇਹ ਖਜੂਰਾ ਲੈਣੀਆਂ ਨੇ ਔਰ ਇਹ ਖਜੂਰਾ ਕਿਹੜੀਆਂ ਨੇ ਇਹ ਕਾਲੇ ਰੰਗ ਦੇ ਆ ਨਰਮ ਖਜੂਰਾ ਨੇ ਇਹਨਾਂ ਨੂੰ ਲੈ ਕੇ ਤੇ ਇਹਨਾਂ ਦੇ ਵਿੱਚੋਂ ਜਨਾਬ ਤੁਸੀਂ ਇਹ ਜਿਹੜੀ ਗੁੱਠਲੀ ਹੈ ਇਹ ਕੱਢ ਦੇਣੀ ਹੈ ਇਸ ਤਰੀਕੇ ਔਰ ਇਹ ਗੁੱਠਲੀ ਕੱਢ ਕੇ ਤੇ ਇਸ ਦੇ ਵਿੱਚ ਇਹ ਪਿਸਤਾ ਜਿਹੜਾ ਹੈ ਸਾਡਾ ਇੱਕ ਅੱਲਾ ਪਾਕ ਦੀ ਪੈਦਾ ਕੀਤਾ ਬੜੀ ਨੇਮਤ ਹੈ ਇਹ ਪਿਸਤਾ ਜਿਹੜਾ ਹੈ ਇਸ ਖਜੂਰ ਦੇ ਵਿੱਚ ਭਰ ਦੇਣਾ ਔਰ ਇਹਦੇ ਵਿੱਚ ਤੁਸੀਂ ਦੋ ਪਿਸਤਾ ਜਿਹੜੇ ਨੇ ਇਹ ਭਰ ਕੇ ਤੇ ਇਸ ਨੂੰ ਤੁਸੀਂ ਚੰਗੇ ਤਰ੍ਹਾਂ ਖਾ ਕੇ ਤੇ ਇਹਨੂੰ ਚਬਾ ਲੈਣਾ ਔਰ ਇਹ ਤੁਸੀਂ ਸੱਤ ਖਜੂਰਾ ਔਰ ਹਰ ਖਜੂਰ ਦੇ ਵਿੱਚ ਦੋ ਦੋ पिस्ता पाके इनु चब ਲੈਣਾ ਚੰਗੀ ਤਰ੍ਹਾਂ ਔਰ ਉਤੋਂ ਇੱਕ ਗਲਾਸ ਨੀਮ ਗਰਮ ਦੁੱਧ ਦਾ ਪੀ ਲੈਣਾ ਰੋਜ਼ਾਨਾ ਰਾਤ ਨੂੰ ਖਾਣਾ ਖਾ ਕੇ ਇੱਕ ਘੰਟਾ ਡੇਢ ਠਹਿਰ ਕੇ ਜਿਸਲੇ ਖਾਣਾ ਥੋੜਾ ਜਿਹਾ ਹਜ਼ਮ ਹੋ ਜਾਏ ਫਿਰ ਤੁਸੀਂ ਜਨਾਬ ਇਹ ਸੱਤ ਖਜੂਰਾ ਇਸੇ ਤਰੀਕੇ ਦੋ ਦੋ ਹਰ ਖਜੂਰ ਵਿੱਚ ਪਿਸਤਾ ਭਰ ਕੇ ਇਹਨੂੰ ਅچھے ਤਰੀਕੇ ਨਾਲ ਚਬਾ ਕੇ ਉਤੋਂ ਨੀਮ ਗਰਮ ਦੁੱਧ ਦਾ ਗਲਾਸ ਪੀ ਲੈਣਾ ਤੇ ਮੈਂ ਕਹਿੰਨਾ ਵੀ ਕਮਾਲ ਹੋ ਜਾਏਗੀ ਮੈਂ ਬੰਮ ਬੋਲ ਜਾਏਗੀ ਇਹ ਨੁਸਖਾ ਇੰਨਾ ਜ਼ਬਰਦਸਤ ਤੇ ਇੰਨਾ ਟੈਟ ਹੈ ਜੇ ਕਿ ਤੁਸੀਂ ਇਹ ਕਰੋਗੇ ਨਾ ਅੱਲਾ ਦੇ ਹੁਕਮ ਨਾਲ ਬਸ ਇੱਕ ਮਹੀਨਾ ਕਰ ਲਓ ਮੈਂ ਕਹਿੰਨਾ ਵੀ ਜਿਹੜਾ ਬੰਦਾ ਇੱਕ ਮਹੀਨਾ ਇਹ ਮੇਰੇ ਦੱਸਿਓ ਤਰੀਕੇ ਦੇ ਮੁਤਾਬਕ ਇਹ ਇਸਤੇਮਾਲ ਕਰ ਲਵੇਗਾ ਨਾ ਜੀ ਤੇ ਉਹਨੂੰ ਇਹ ਦਵਾਈਆਂ ਦੁਆਇਆਂ ਦੀ ਕੋਈ ਲੋੜ ਹੀ ਨਹੀਂ ਪਵੇਗੀ